ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਜਲੰਧਰ ਤੋਂ ਸਰਬਜੀਤ ਸਿੰਘ ਜੀ ਦਾ ਇਹ ਲਿਖਦੇ ਹਨ ਮੈਂ ਦੇਖ ਰਿਹਾ ਹਾਂ ਕਿ ਕਿਵੇਂ ਸਰਕਾਰ ਸਾਜ਼ਿਸ਼ ਰਚ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾ ਕੇ ਹੁਣ ਇੰਡੀਆ ਅਤੇ ਪੰਜਾਬ ਦਾ ਮੀਡੀਆ ਦਿਖਾ ਰਿਹਾ ਹੈ ਕਿ ਇਸ 'ਚ ਸਿੱਖ ਹੀ ਕਸੂਰਵਾਰ ਹਨ ਹਰ ਵਾਰ ਦੀ ਤਰ੍ਹਾਂ ਸਿੱਖਾਂ ਨੂੰ ਹੀ ਬਦਨਾਮ ਕੀਤਾ ਜਾਵੇ ਮੈਨੂੰ ਪੂਰਾ ਯਕੀਨ ਹੈ ਕਿ ਇਹ ਕਰਤੂਤ ਕਰਵਾਉਣ ਵਾਲੇ ਸਰਕਾਰੀ ਬੰਦੇ ਅਤੇ ਆਰਐਸਐਸ ਹੈ ਜੀ ਡਾਕਟਰ ਸਾਹਿਬ ਬਿਲਕੁਲ ਠੀਕ ਹੈ ਵੀਰ ਸਰਬਜੀਤ ਸਿੰਘ ਉਹਨਾਂ ਨੇ ਸਾਨੂੰ ਜਲੰਧਰ ਤੋਂ ਲਿਖਿਆ ਉਹਨਾਂ ਦਾ ਸ਼ੁਕਰੀਆ ਔਰ ਇਹ ਗੱਲ ਈਵਨ ਅਕਾਲੀ ਵੀ ਹੁਣ ਜਿਹੜੇ ਆਪਣੀ ਵਰਕਰਾਂ ਦੀ ਮੀਟਿੰਗ ਹੈ ਸੁੱਖਾ ਅਮਲੀ ਔਰ ਦੂਸਰੇ ਦਲਜੀਤ ਚੀਮੇ ਵਰਗੇ ਜਿਹੜੇ ਇਹਨਾਂ ਦੇ ਕੰਮੀ ਨੇ ਉਹ ਜਾ ਰਹੇ ਨੇ ਉਹ ਇਹੀ ਕਹਿ ਰਹੇ ਨੇ ਕਿ ਜੀ ਦੇਖੋ ਇਹ ਤਾਂ ਅੱਤਵਾਦ ਫੈਲਾਉਣ ਲਈ ਗੁਆਂਢੀ ਦੇਸ਼ਾਂ 'ਚੋਂ ਔਰ ਇਹ ਆਪ ਹੀ ਸਾਡੇ ਆਪਣੇ ਨੇ ਉਹਨਾਂ ਸਿੱਖਾਂ ਨੂੰ ਸੋਚਣਾ ਚਾਹੀਦਾ ਯਾਨੀ ਉਹਨਾਂ ਨੇ ਬਿਨਾਂ ਕਿਸੇ ਇਨਵੈਸਟੀਗੇਸ਼ਨ ਤੋਂ ਔਰ ਇਹਨਾਂ ਦਾ ਝੂਠ ਦਾ ਭਾਂਡਾ ਤਾਂ ਉਦੋਂ ਭੱਜ ਗਿਆ ਜਦੋਂ ਕਿ ਇਹਨਾਂ ਨੇ ਦੋ ਭਰਾਵਾਂ ਨੂੰ ਰੁਪਿੰਦਰ ਸਿੰਘ ਔਰ ਜਸਵਿੰਦਰ ਸਿੰਘ ਨੂੰ ਫੜਿਆ ਜੇ ਉਹ ਗੁਨਾਹਗਾਰ ਸਨ ਤਾਂ ਫਿਰ ਛੱਡਿਆ ਕਿਉਂ ਅਦਾਲਤ ਨੇ ਜਿਹੜਾ ਉਹਨਾਂ ਨੂੰ ਬਿਲਕੁਲ ਜਿਹੜਾ ਉਹ ਕੀਤਾ ਫਿਰ CBI ਇਨਕੁਆਇਰੀ ਦੀ ਕੀ ਲੋੜ ਸੀ ਜਾਂ ਇੰਨੇ ਕੁ ਸਬੂਤ ਮਿਲ ਗਏ ਸਿਰਫ ਇਸ ਦੇ ਉੱਤੇ ਕਿ ਜਿਹੜੇ ਕੁਛ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਰੇ ਹੋਏ ਸਨ ਲੋਕਾਂ ਨੇ ਦੇਖਿਆ ਵੀ ਪੁਲਿਸ ਲਿਜਾ ਕੇ ਪਤਾ ਨਹੀਂ ਕਿਵੇਂ ਇਹਨਾਂ ਨੂੰ ਡੀਲ ਕਰੇਗੀ ਉਹਨਾਂ ਨੇ ਸਤਿਕਾਰ ਨਾਲ ਇਹਨਾਂ ਦੇ ਘਰ ਰੱਖ ਦਿੱਤੇ ਔਰ ਇਹਦੇ 'ਤੇ ਬੇਸਡ ਉਹਨਾਂ ਨੇ ਬਾਅਦ 'ਚ ਕਿਹਾ ਜੀ ਅਸੀਂ ਤਾਂ ਇਹਨਾਂ 'ਤੇ ਕੋਈ ਜਿਹੜਾ ਉਹ ਹੋਰ ਨਹੀਂ ਥੋੜ੍ਹੀ ਹੋਰ ਕੇਸ ਨਹੀਂ ਪਾਇਆ ਹੈ ਅਸੀਂ ਚੋਰੀ ਦਾ ਨਹੀਂ ਪਾਇਆ ਬੀਡ ਚੋਰੀ ਦਾ ਅਸੀਂ ਤਾਂ ਇਹਨਾਂ ਦੇ ਉੱਤੇ ਦੂਸਰਾ ਪਾਇਆ ਸੋ ਮਤਲਬ ਇਹ ਹੈ ਵੀ ਪਹਿਲੀ ਸਟੇਜ 'ਤੇ ਅਜੇ ਇਹਨਾਂ ਨੇ ਪਤਾ ਨਹੀਂ ਹੋਰ ਕਿੰਨੇ ਫੜ ਕੇ ਸਿੱਖ ਮੁੰਡੇ ਜਾਂ ਸਿੱਖ ਪਰਿਵਾਰਾਂ ਨੂੰ ਹੀ ਕਹਿਣਾ ਸੀ ਜੀ ਇਹੀ ਬੇਅਦਬੀ ਕਰ ਰਹੇ ਨੇ ਕਿਉਂਕਿ ਉਹ ਝੂਠ ਜ਼ਾਹਰ ਹੋ ਗਿਆ ਕੌਮ ਵੀ ਇਕੱਠੀ ਹੋਈ ਇਸ ਦੇ ਉੱਤੇ ਪ੍ਰੈਸ਼ਰ ਵੀ ਬਣਿਆ ਉਹਨਾਂ ਨੂੰ ਛੱਡਣਾ ਪਿਆ ਔਰ ਉਹਨਾਂ ਨੇ ਇਹ ਬਿਆਨ ਵੀ ਦਿੱਤਾ ਕਿ ਭਾਈ ਸਾਡੇ 'ਤੇ ਅੰਦਰ ਟੋਰਚਰ ਵੀ ਹੋਇਆ ਸੋ ਇਹ ਬਿਲਕੁਲ ਉਹ ਸਾਜਿਸ਼ ਹੈ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੀ ਦਿਲ ਜਿਹੜੀ ਹੈ ਲਿਵਿੰਗ ਐਂਟੀਟੀ ਇਟਰਨਲ ਗੁਰੂ ਸ਼ਬਦ ਗੁਰੂ ਉਹਨਾਂ ਦੀ ਬੇਪੱਤੀ ਪ੍ਰੋਟੈਸਟ ਕਰਨ ਵਾਲੇ ਸਿੱਖਾਂ ਦੇ ਉੱਤੇ ਗੋਲੀ ਔਰ ਫਿਰ ਬਦਨਾਮ ਵੀ ਸਿੱਖਾਂ ਨੂੰ ਔਰ ਮੀਡੀਆ ਜਿਸ ਤਰੀਕੇ ਨਾਲ ਇਹ ਸਾਰਿਆਂ ਨੂੰ ਪਲੇ ਕਰਦਾ ਰਿਹਾ ਔਰ ਇਹੀ ਹਾਲ ਹੁਣ ਜਿਵੇਂ ਨੇਪਾਲੀ ਅਸੀਂ ਪ੍ਰੋਟੈਸਟ ਦੀ ਗੱਲ ਕੀਤੀ ਤੁਸੀਂ ਦੇਖੋਗੇ ਕਿ ਵੀ ਵੈਸੇ ਕਿਵੇਂ ਇਹ ਹਰ ਚੀਜ਼ ਦਾ ਕਿੰਨਾ ਵੱਡਾ ਬਣਾਉਂਦੇ ਨੇ ਤੁਹਾਨੂੰ ਉਹਨਾਂ ਦੇ ਮੀਡੀਆ 'ਚ ਇਹ ਨਜ਼ਰ ਹੀ ਨਹੀਂ ਆਏਗਾ ਕਿ ਨੇਪਾਲ 'ਚ ਆਮ ਲੋਕ ਕੋਈ ਦਵਾਈਆਂ ਖੁਣੋਂ ਮਰ ਰਹੇ ਨੇ ਬੱਚੇ ਹਸਪਤਾਲਾਂ 'ਚ ਕੋਈ ਫੂਡ ਨਹੀਂ ਹੈ ਪਾਣੀ ਨਹੀਂ ਹੈ ਔਰ ਦੂਸਰੀਆਂ ਜਿਹੜੀਆਂ ਚੀਜ਼ਾਂ ਨੇ ਕਿਉਂਕਿ ਇਹਨਾਂ ਦੀ ਅੱਖ ਇਕੱਲੀ ਅਲਟੀਮੇਟਲੀ ਇਹ ਸਿਰਫ ਉਹਨਾਂ ਨੂੰ ਇੱਕ ਆਪਣਿਆਂ ਪੁੱਤਰ ਬਣਾਉਣ ਤੱਕ ਨਹੀਂ ਹੈ ਉਹਨਾਂ ਦਾ ਪਾਣੀ ਹੈ ਪਾਣੀਆਂ ਦੀਆਂ ਟ੍ਰੀਟੀਜ਼ ਇਹਨਾਂ ਨੇ 1950-60 'ਚ ਕੀਤੀਆਂ ਜਦੋਂ ਕਿ ਰਾਜੇ ਇਹਨਾਂ ਦੇ ਹੀ ਵਰਗੇ ਆਸ਼ ਸੀ ਅਤੇ ਹੁਣ ਜਿਹੜੀ ਨਵੀਂ ਰਿਪ੍ਰੈਜੈਂਟੇਟਿਵ ਹਕੂਮਤਾਂ ਬਣ ਰਹੀਆਂ ਨੇ ਉਹਨਾਂ ਨੂੰ ਆਨਸਰੇਬਲ ਠਹਿਰਾ ਰਹੀ ਨੇ ਪਰ ਉਹ ਮੀਡੀਆ ਜਿਹੜਾ ਉੱਥੇ ਕੁੱਤੇ ਦੀ ਇੱਕ ਖਬਰ ਨੂੰ 6 ਐਂਗਲਾਂ ਤੋਂ ਕਈ ਕਈ ਕੈਮਰਾ ਸ਼ੂਟ ਲੈ ਕੇ ਦਿਖਾਉਂਦਾ ਉਹ ਇਹ ਸਾਰੇ ਇਸ ਪਾਰਟ ਨੂੰ ਔਰ ਨੇਪਾਲੀ ਪ੍ਰਾਈਮ ਮਿਨਿਸਟਰ ਕਹਿ ਰਹੇ ਨੇ ਇੰਡੀਆ ਇਜ਼ ਅਨਡਿਕਲੇਅਰਡ ਵਾਰ ਔਨ ਨੇਪਾਲ ਲੇਕਿਨ ਕੋਈ ਖਬਰ ਨਹੀਂ ਹੈ ਸੋ ਅਸੀਂ ਸਮਝਦੇ ਹਾਂ ਵੀ ਦੂਸਰੇ ਪਾਸੇ ਇਹੀ ਜਿਵੇਂ ਸੈਡੀਸ਼ਨ ਚਾਰਜ ਦੇਸ਼ ਧਰੋਹ ਦਾ ਸਿੱਖ ਤਾਂ ਐਮਰਜੈਂਸੀ ਲੱਗਣ ਦੇ ਵੇਲੇ ਖਲੋਤੇ ਸੀ ਸਾਰੇ ਦੇਸ਼ ਦੇ ਨਾਲ ਲੇਕਿਨ ਇਸ ਵੇਲੇ ਕਿੱਥੇ ਹੈ ਮੀਡੀਆ ਦੀ ਆਵਾਜ਼ ਕਿ ਭਾਈ ਇੱਥੇ ਧਾਰਮਿਕ ਇਕੱਠ ਦੇ ਵਿੱਚ ਧਰਮ ਦੀ ਗੱਲ ਕਰਨਾ ਆਪਣੇ ਸਮਾਜਿਕ ਗੱਲ ਕਰਨਾ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਦੇ ਮਾਮਲੇ ਨੂੰ ਵਿਚਾਰਨਾ ਇਹ ਕਿਹੜੇ ਪਾਸਿਓਂ ਦੇਸ਼ ਧਰੋਹ ਹੈ ਪਰ ਨਾ ਮੀਡੀਆ ਇਹਨੂੰ ਹਾਈਲਾਈਟ ਕਰਦਾ ਨਾ ਉਹਨਾਂ ਦਾ ਕੋਈ ਇੰਟਰਸਟ ਹੈ ਸੋ ਇਹਨਾਂ ਦਾ ਬਿਲਕੁਲ ਠੀਕ ਹੈ ਕਿ ਵੀ ਇਹ ਸਿੱਖਾਂ ਨੂੰ ਹੀ ਬਦਨਾਮ ਕਰਨ ਦੀ ਲਾਈਨ ਹੈ ਵੀਰ ਸਰਬਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖਿਆ ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਲਾਸ ਵੈਗਸ ਤੋਂ ਵੀਰ ਹਰਪ੍ਰੀਤ ਸਿੰਘ ਜੀ ਦਾ ਇਹ ਲਿਖਦੇ ਹਨ ਸਤਿਕਾਰਯੋਗ ਡਾਕਟਰ ਸਾਹਿਬ ਡਾਕਟਰ ਰਣਜੀਤ ਸਿੰਘ ਵੀਰ ਅਮਰਵੀਰ ਸਿੰਘ ਭੈਣ ਨੀਲਮ ਕੌਰ ਭੈਣ ਰੀਤ ਕੌਰ ਭੈਣ ਗੁਰਮੀਤ ਕੌਰ ਅਤੇ ਬਾਕੀ ਦੀ ਸਮੁੱਚੀ ਟੀਮ ਨੂੰ ਮੇਰੇ ਵੱਲੋਂ ਯੁਵਾ ਸਿਟੀ ਦੇ ਨਗਰ ਕੀਰਤਨ ਦੁਨੀਆਂ ਅੱਗੇ ਨਿਰਪੱਖ ਢੰਗ ਨਾਲ ਪੇਸ਼ ਕਰਨ ਦੀ ਲੱਖ ਲੱਖ ਵਧਾਈ ਤੁਸੀਂ ਬਿਨਾਂ ਕਿਸੇ ਤੇ ਤੋਹਮਤ ਲਾਉਂਦਿਆਂ ਬਹੁਤੇ ਹੀ ਅੱਛੇ ਤਰੀਕੇ ਨਾਲ ਬਾਕੀ ਦੇ ਪੰਜਾਬੀ ਬੋਲੀ ਸੇਵਕ ਚੈਨਲਾਂ ਲਈ ਇੱਕ ਮਿਆਰ ਬਣ ਕੇ ਨਿਤਰੇ ਹੋ ਮੈਨੂੰ ਸਾਰੀ ਟੀਮ ਨਾਲ ਸੰਖੇਪ ਸਮਾਂ ਮਿਲਣ ਦਾ ਮੌਕਾ ਮਿਲਿਆ ਕਿਉਂਕਿ ਮੈਂ ਆਪਣੇ ਇੱਕ ਮਿੱਤਰ ਨਾਲ ਛੱਲੀਆਂ ਵੰਡਣ ਲਈ ਸੇਵਾ ਲਈ ਸੀ ਪਰ ਅਖੀਰਲੇ ਦਿਨ ਕਿਸੇ ਕੌਮੇਡੀ ਸ਼ੋਅ ਕਰਕੇ ਬਹੁਤੀ ਟੀਮ ਨਾ ਪਹੁੰਚੀ ਜਿਸ ਕਾਰਨ ਸਾਡੀ ਚੰਗੀ ਰੇਲ ਬਣੀ ਮੇਰੇ ਤਕਾਜ਼ੇ ਅਨੁਸਾਰ ਬਹੁਤੇ ਮੇਲੀ ਲੜਾਈ ਹੋਣ ਦੇ ਡਰੋਂ ਅਤੇ ਕੁਝ ਕਾਮੇਡੀ ਸ਼ੋਅ ਕਰਕੇ ਨਹੀਂ ਪਹੁੰਚੇ ਇਹ ਇਕੱਠ ਪੰਥ ਦਰਦੀਆਂ ਦਾ ਕਹਿਣ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ ਜੀ ਡਾਕਟਰ ਸਾਹਿਬ ਵੀਰ ਹਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਾਸ ਵੇਗਸ ਤੋਂ ਲਿਖਿਆ ਆਏ ਵੀ ਮਿਲੇ ਵੀ
ਪਰ ਹੈਰਾਨੀ ਮੈਨੂੰ ਇਸ ਗੱਲ ਦੀ ਹੈ ਵੀ ਅਸੀਂ ਤਾਂ ਅਸੀਂ ਵੀ ਇਹ ਗਿਆਨ ਵੰਡਣਗੇ ਸਾਡੇ ਨਾਲ ਖੜੇ ਹੋ ਕੇ ਇਹ ਛੱਲੀਆਂ ਵੰਡਣ ਦਾ ਪ੍ਰੋਜੈਕਟ ਲਿਆਏ ਛੱਲੀਆਂ ਵੰਡਣ ਵਾਲੇ ਤਾਂ ਉੱਥੇ ਬਹੁਤ ਨੇ ਛੱਲੀਆਂ ਤਾਂ ਖਵਾ ਖਵਾ ਕੇ ਛੱਲੀਆਂ ਤੋਂ ਕੀ ਉੱਥੇ ਹਰ ਕੁਛ ਹੀ ਵੰਡਣ ਵਾਲਿਆਂ ਨੇ ਹੁਣ ਅਗਲੀ ਵਾਰ ਤੋਂ ਧਿਆਨ ਰੱਖਣ ਛੱਲੀਆਂ ਨਹੀਂ ਵੰਡਣੀਆਂ ਹੈ ਇਹ TV 84 ਦੇ ਨਾਲ ਖਲੋ ਕੇ ਗਿਆਨ ਵੰਡਣਾ ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਇਹਨਾਂ ਨੇ ਸਾਰੀ ਟੀਮ ਨੂੰ ਰੈਕਗਨਾਈਜ਼ ਕੀਤਾ ਬਾਈ ਨੇਮ ਐਪਰੀਸ਼ੀਏਟ ਕੀਤਾ ਕਿ TV 84 ਦੀ ਟੀਮ ਨੇ ਯੂਬਾ ਸਿਟੀ ਦੀ ਜਿਹੜੀ ਕਵਰੇਜ ਕੀਤੀ ਉਹ ਨਿਰਪੱਖ ਕੀਤੀ ਔਰ ਇਹਨਾਂ ਨੇ ਸਾਡੇ ਚੈਨਲ ਨੂੰ ਮਿਆਰੀ ਕਿਹਾ ਸਾਡੇ ਵੈਲਵਿਸ਼ਰ ਨੇ ਸਪੋਰਟਰ ਨੇ ਔਰ ਸਮੇਂ ਸਮੇਂ ਸਾਨੂੰ ਸੁਝਾਅ ਵੀ ਦਿੰਦੇ ਨੇ ਲਿਖਦੇ ਵੀ ਨੇ ਪਰ ਇਹ ਮੈਨੂੰ ਹੈਰਾਨੀ ਹੋਈ ਵੀ ਯੂਬਾ ਸਿਟੀ ਛੱਲੀਆਂ ਵੰਡਣਾ ਹੈ ਹੁਣ ਇਹ ਇਸ ਗੱਲ ਦਾ ਧਿਆਨ ਪਤਾ ਨੀ ਹੁਣ ਇਹ ਚਾਹਨਾ ਐਸਕੇਪਿਜ਼ਮ ਨਾ ਹੋਏ ਹੋਣਾ ਤਾਂ ਨਹੀਂ ਚਾਹੀਦਾ ਵੈਸੇ ਪਰ ਨਹੀਂ ਹੁਣ ਤਾਂ ਛੱਲੀਆਂ ਚੰਗੀਆਂ ਹੁੰਦੀਆਂ ਪਰ ਹੋਰ ਵੰਡਣ ਵਾਲੇ ਛੱਲੀਆਂ ਬਹੁਤਿਆਂ ਨੇ ਵੰਡ ਦੇਣੀਆਂ ਇਹ ਇਹ ਹੁਣ ਸਾਡੇ ਨਾਲ ਹੀ ਖਲੋਣ ਬਹੁਤ ਬਹੁਤ ਧੰਨਵਾਦ ਓਕੇ ਡਾਕਟਰ ਸਾਹਿਬ ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਬਰਨ ਬਾਏ ਬ੍ਰਿਟਿਸ਼ ਕੋਲੰਬੀਆ ਕੈਨੇਡਾ ਤੋਂ ਬਰਨਬੀ ਬ੍ਰਿਟਿਸ਼ ਕੋਲੰਬੀਆ ਕੈਨੇਡਾ ਤੋਂ ਵੀਰ ਤੇਜਵੰਤ ਤੇਜਾ ਜੀ ਦਾ ਇਹ ਲਿਖਦੇ ਹਨ ਡਾਕਟਰ ਅਮਰਜੀਤ ਸਿੰਘ ਵਿਦਵਾਨ ਤਾਂ ਹਨ ਪਰ ਪੱਕੇ ਖਾਲਿਸਤਾਨੀ ਵੀ ਨੇ ਪਿਛਲੇ ਸਮੇਂ ਵਿੱਚ ਪੰਥਕ ਕਮੇਟੀ ਨਾਲ ਵੀ ਜੁੜੇ ਸਨ ਪਰ ਹੁਣ ਵੀ ਕੋਈ ਧੜਾ ਨਹੀਂ ਪਾਲਦੇ ਸਰਦਾਰ ਮਾਨ ਲਈ ਹਮੇਸ਼ਾ ਸਤਿਕਾਰ ਨਾਲ ਗੱਲ ਕਰਦੇ ਨੇ ਬਾਕੀ TV 84 ਵਰਗਾ TV ਤੇ ਹੋਰ ਅਨੇਕਾਂ ਰੇਡੀਓ ਸਟੇਸ਼ਨ ਸਿੱਖਾਂ ਕੋਲ ਹੋਣ ਕਰਕੇ ਸਰਕਾਰ ਵੱਲੋਂ ਦਿੱਤੇ ਡਰਾਵਿਆਂ ਤੇ ਲਾਲਚਾਂ ਦੇ ਬਾਵਜੂਦ ਸਿੱਖ ਲਹਿਰ ਮਜ਼ਬੂਤ ਹੋਈ ਜਾ ਰਹੀ ਹੈ ਸਰਬੱਤ ਖਾਲਸਾ ਕਾਰਨ ਫੇਸਬੁੱਕ ਦਾ ਮੌਸਮ ਵੀ ਬਦਲਿਆ ਜੀ ਡਾਕਟਰ ਸਾਹਿਬ ਵੀਰ ਤੇਜਵੰਤ ਸਿੰਘ ਤੇਜੀ ਜੀ ਦਾ ਸ਼ੁਕਰੀਆ ਉਹਨਾਂ ਨੇ ਸਾਨੂੰ ਬਰਨਬੀ ਬ੍ਰਿਟਿਸ਼ ਕੋਲੰਬੀਆ ਕੈਨੇਡਾ ਤੋਂ ਲਿਖਿਆ ਜੀ ਉਹਨਾਂ ਨੇ ਸਾਨੂੰ ਵਿਦਵਾਨ ਵੀ ਬਣਾ ਦਿੱਤਾ ਚਲੋ ਖਾਲਿਸਤਾਨੀ ਤਾਂ ਹਾਂ ਹੀ ਹੈ ਮਾੜੇ ਚੰਗੇ ਔਰ ਉਹਨਾਂ ਨੂੰ ਇਸ ਗੱਲ ਦਾ ਰਸ਼ਕ ਹੈ ਕਿ ਭਾਵੇਂ ਅਸੀਂ ਪੰਥਕ ਕਮੇਟੀ ਰਾਹੀਂ ਪੰਥਕ ਪਿੰਡ 'ਚ ਆਏ ਪਰ ਅਸੀਂ ਜਿਹੜਾ ਕਿਸੇ ਪ੍ਰਤੀ ਵੀ ਜਿਹੜਾ ਪੰਥ ਦਾ ਕੰਮ ਕਰਨ ਵਾਲਾ ਹੈ ਅਸੀਂ ਧੜਾ ਸਾਡੇ ਸਾਹਮਣੇ ਨਹੀਂ ਹੁੰਦਾ ਔਰ ਜਿਵੇਂ ਉਹਨਾਂ ਨੇ ਮਾਨ ਸਾਹਿਬ ਦਾ ਜ਼ਿਕਰ ਕੀਤਾ ਜਾਂ ਕੋਈ ਵੀ ਸਾਡਾ ਹਮੇਸ਼ਾ ਹਰ ਇਸ਼ੂ 'ਤੇ ਜਦੋਂ ਅਸੀਂ ਪੰਥਕ ਕਮੇਟੀ ਦਾ ਹਿੱਸਾ ਵੀ ਸੀ ਭਾਵੇਂ ਪੰਥਕ ਕਮੇਟੀ ਦੀ ਕਮਾਂਡ 'ਚ ਉਸ ਵੇਲੇ ਚਾਰ ਪ੍ਰਮੁੱਖ ਜਾਰੂ ਜਥੇਬੰਦੀਆਂ ਸੀ ਪਰ ਕੁਛ ਉਸ ਦਾਇਰਾਕਾਰ ਤੋਂ ਬਾਹਰ ਸੀ ਕੁਛ ਜਿਹੜੀਆਂ ਬਾਅਦ ਦੇ ਵਿੱਚ ਵੀ ਇੱਕ ਜਥੇਬੰਦੀ ਬੱਬਰ ਖਾਲਸਾ ਜਿਵੇਂ ਬਾਹਰ ਹੋਈ ਲੇਕਿਨ ਪਹਿਲੇ ਦਿਨ ਤੋਂ ਸਾਡੀ ਇਹੀ ਪਹੁੰਚ ਰਹੀ ਕਿ ਵੀ ਜਿਹੜਾ ਪੰਥ ਨੂੰ ਪਿਆਰ ਕਰਦਾ ਕੌਮੀ ਸੰਘਰਸ਼ ਦੇ ਲਈ ਭਾਵੇਂ ਕਿਸੇ ਝੰਡੇ ਥੱਲੇ ਇਹਨੂੰ ਮੈਂ ਹਮੇਸ਼ਾ ਹੀ ਮਿਸਲਾਂ ਸਮਝਦਾ ਕਿ ਜਿਹੜਾ ਵੀ ਜਿਸ ਮਿਸਲ ਦੇ ਝੰਡੇ ਨਾਲ ਜੁੜਿਆ ਹੋਇਆ ਸਾਡੇ ਸਾਹਮਣੇ ਫੋਕਸ ਇਹੀ ਹੋਣਾ ਚਾਹੀਦਾ ਵੀ ਅਸੀਂ ਕੌਮੀ ਆਜ਼ਾਦੀ ਦੇ ਲਈ ਜੂਝ ਰਹੇ ਹਾਂ ਔਰ ਕੌਮੀ ਆਜ਼ਾਦੀ ਖਾਲਿਸਤਾਨ ਸਾਡੀ ਅਲਟੀਮੇਟ ਡੈਸਟਨੀ ਹੈ ਸੋ ਅਸੀਂ ਇਸੇ ਵਿਚਾਰ ਦੇ ਨਾਲ ਤਕਰੀਰ ਰਾਹੀਂ ਤਹਿਰੀਰ ਰਾਹੀਂ ਲਿਖਤ ਹੋਏ ਜ਼ਬਾਨੀ ਹੋਏ ਬੋਲਣਾ ਹੋਏ ਅਸੀਂ ਕਦੇ ਵੀ ਕਿਸੇ ਵੀ ਆਪਣੇ ਵੀਰ ਭੈਣ ਜਿਹੜਾ ਕਿ ਹਾਲਾਂ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਤੁਸੀਂ ਤੁਰਦੇ ਹੋ ਪਬਲਿਕ ਲਾਈਫ 'ਚ ਹੁੰਦੇ ਹੋ ਪੰਥਕ ਜ਼ਿੰਦਗੀ 'ਚ ਹੁੰਦੇ ਹੋ ਸਰਕਾਰਾਂ ਵੀ ਆਪਣਾ ਕੰਮ ਕਰਦੀਆਂ ਨੇ ਉਹਨਾਂ ਦੇ ਵੀ ਟਾਊਟ ਟੌਂਟ ਪਟੌਂਟ ਹੁੰਦੇ ਨੇ ਉਹਨਾਂ ਦਾ ਪੇਚੈੱਕ ਹੁੰਦਾ ਬ੍ਰੈਡ ਬਟਰ ਹੁੰਦਾ ਕਈ ਵਾਰ ਆਪਣਿਆਂ ਦੇ ਵਿੱਚ ਵੀ ਈਰਖਾ ਇੱਕ ਬੜੀ ਬਿਲਟ ਇਨ ਪਾਰਟ ਹੈ ਉਹ ਤਾਂ ਜਦੋਂ ਅਸੀਂ ਦੇਖਦੇ ਹਾਂ ਮੈਂ ਕਈ ਵਾਰ ਇਸ ਨੂੰ ਇੱਕ ਆਪਣੇ ਲਈ ਵੀ ਤਰਵਾਸੇ ਵਾਲੀ ਗੱਲ ਵੀ ਰਹੀ ਜਦੋਂ ਕਿ ਬਹੁਤ ਘਟੀਆ ਲੈਵਲ ਦੇ ਜਿਹੜੇ ਲੋਕ ਉਹਨਾਂ ਨੇ ਘਟੀਆ ਗੱਲਾਂ ਦਾ ਸਹਾਰਾ ਵੀ ਲੈਣਾ ਸ਼ੁਰੂ ਕੀਤਾ ਤੇ ਫਿਰ ਮੇਰੇ ਮਨ 'ਚ ਹਮੇਸ਼ਾ ਹੀ ਇਹ ਰਹਿਣਾ ਕਿ ਵੀ ਦੇਖੋ ਗੁਰੂ ਰਾਮਦਾਸ ਜੀ ਦੇ ਤਿੰਨ ਪੁੱਤਰ ਪ੍ਰਿਥੀ ਚੰਦ ਮਹਾਂਦੇਵ ਗੁਰੂ ਅਰਜਨ ਸਾਹਿਬ ਪ੍ਰਿਥੀ ਚੰਦ ਵੱਡਾ ਪੁੱਤਰ ਔਰ ਵੱਡਾ ਪੁੱਤਰ ਹੋਏ ਧੀ ਹੋਏ ਪਹਿਲਾ ਬੱਚਾ ਹਮੇਸ਼ਾ ਹੀ ਬਹੁਤ ਪਿਆਰਾ ਹੁੰਦਾ ਲਾਡਲਾ ਹੁੰਦਾ ਮਾਂ ਪਿਓ ਨੇ ਉਹਨੂੰ ਕਿਹੜਾ ਪ੍ਰਿਥੀ ਚੰਦ ਨੂੰ ਗੁਰੂ ਰਾਮਦਾਸ ਜੀ ਨੇ ਘੱਟ ਪਿਆਰ ਦਿੱਤਾ ਜਾਂ ਮਾਂ ਭਾਨੀ ਨੇ ਨਹੀਂ ਪਿਆਰ ਦਿੱਤਾ ਲੇਕਿਨ ਕਿਵੇਂ ਉਹ ਈਰਖਾ ਦੇ ਨਾਲ ਭਰਿਆ ਹੋਇਆ ਕਿਵੇਂ ਉਹ ਆਪਣੇ ਪਿਤਾ ਨਾਲ ਵੀ ਕਿਹੋ ਜਿਹਾ ਸਲੂਕ ਕਰਦਾ ਭਰਾ ਨਾਲ ਤਾਂ ਜੋ ਬਾਅਦ ਗੁਰੂ ਅਰਜਨ ਸਾਹਿਬ ਨਾਲ ਕੀਤਾ ਕਿ ਗੁਰੂ ਰਾਮਦਾਸ ਜੀ ਦਾ ਸ਼ਬਦ ਹੈ ਇਸ ਦੇ ਉੱਤੇ ਕਿ ਕਾਹੇ ਪੂਤ ਝਗੜਤ ਹੋ ਸੰਗ ਬਾਪ ਜਿਨ ਕੇ ਜਨੇ ਵਡੀਰੇ ਤੁਮ ਹੋ ਤਾਂ ਤਿੰਨ ਸਿਉ ਝਗੜਨ ਪਾਪ ਕਿ ਪੁੱਤਰ ਕਿਉਂ ਪਿਓ ਨਾਲ ਝਗੜਾ ਕਰਦੇ ਜਿਹਨੇ ਤੈਨੂੰ ਜੰਮਿਆ ਜਿਹਨੇ ਵੱਡਾ ਕੀਤਾ ਉਹਦੇ ਨਾਲ ਝਗੜਾ ਕਰਨਾ ਪਾਪ ਹੈ ਔਰ ਫਿਰ ਵੱਡਾ ਛੋਟਾ ਭਰਾ ਗੁਰੂ ਅਰਜਨ ਸਾਹਿਬ ਲਗਭਗ ਅੱਧਾ ਗੁਰੂ ਗ੍ਰੰਥ ਸਾਹਿਬ ਜਿਹਨਾਂ ਦੀ ਰਸਨਾ ਮੁਖਾਰਬਿੰਦ ਜਿਹਨਾਂ ਰਾਹੀਂ ਜਿਹੜਾ ਉਹ ਨਾਜ਼ਲ ਹੋਇਆ ਜਿਸ ਨੂੰ ਪੜ੍ਹ ਕੇ ਜਿਸ ਬਾਣੀ ਨੂੰ ਅੱਜ ਵੀ ਅਸੀਂ ਸਾਡੇ ਪਖਦੇ ਤਪਦੇ ਲੁੱਸੇ ਹਿਰਦੇ ਜਿਹੜੇ ਨੇ ਉਹ ਸ਼ਾਂਤ ਹੁੰਦੇ ਨੇ
ਉਹ ਭਰਾ ਬੈਠਾ ਸਾਹਮਣੇ ਉਹਨੂੰ ਨਜ਼ਰ ਹੀ ਨਹੀਂ ਆਇਆ, ਉਹ ਹਮੇਸ਼ਾ ਉਹਨੇ ਸਾਜ਼ਿਸ਼ਾਂ ਹੀ ਕੀਤੀਆਂ। ਸੋ ਕਹਿਣ ਦਾ ਮਤਲਬ ਹੈ ਵੀ ਈਰਖਾ ਜਿਹੜੇ ਆ ਇਹ ਬਹੁਤ ਵੱਡਾ ਕਈ ਵਾਰ ਐਸਾ ਰੋਗ ਹੈ, ਹੋਮੇ ਤਾਂ ਹੈ ਹੀ ਹੈ ਕਿ ਵੀ ਉਹਦੇ 'ਚ ਬਹੁਤ ਵਾਰ ਆਪਣੇ ਹੀ ਸੜਦੇ ਨੇ। ਸੋ ਉਹਦਾ ਅਸੀਂ ਸ਼ਿਕਾਰ ਹੋਏ, ਬਾਕੀ ਹਰ ਕੋਈ ਹੁੰਦਾ ਜਿਹਨੂੰ ਇੱਕ ਪਾਸੇ ਜੇ ਪਿਆਰ ਮਿਲਦਾ ਜਿਵੇਂ ਸੰਗਤ ਦਾ ਕੌਮ ਦਾ, ਉਸ ਜ਼ਾਹਰ ਹੈ ਉਹ ਵੀ ਲੇਖਨ ਗੁਰੂ ਦੇ ਭਾਣੇ 'ਚ ਰਹਿੰਦੇ ਹਾਂ, ਗੁਰੂ ਦੀ ਬਖਸ਼ਿਸ਼ ਸਦਕਾ ਸਾਡੀ ਇਹ ਕੋਸ਼ਿਸ਼ ਰਹੀ ਹੈ ਕਿ ਸਾਡੇ ਕਦਮ ਸਾਬਤ ਰਹਿਣ, ਸਾਡੀ ਜ਼ਬਾਨ 'ਚੋਂ, ਸਾਡੀ ਕਲਮ 'ਚੋਂ ਕਿਸੇ ਪੰਥ ਪਿਆਰੇ ਲਈ ਜਾਂ ਜਿਹੜਾ ਵੀ ਇਸ ਪਾਸੇ ਤੁਰਿਆ ਹੋਇਆ ਕੋਈ ਇਸ ਕਿਸਮ ਦਾ ਸ਼ਬਦ ਨਾ ਨਿਕਲੇ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਇਹਨਾਂ ਨੇ ਸਾਨੂੰ ਲਿਖਿਆ। ਜੀ ਰਾਜ ਸਾਹਿਬ, ਸਾਡੇ ਕੋਲ ਅਗਲੀ ਈਮੇਲ ਆਈ ਹੈ ਆਸਟ੍ਰੇਲੀਆ ਤੋਂ ਮੁਕੇਸ਼ ਕੁਮਾਰ ਜੀ ਦੀ। ਇਹ ਲਿਖਦੇ ਹਨ, ਮੈਂ ਤੁਹਾਡੀਆਂ ਕੁਝ ਵੀਡੀਓਜ਼ ਦੇਖੀਆਂ ਹਨ, ਦੇਖ ਕੇ ਮੈਨੂੰ ਬੜੀ ਹੈਰਾਨੀ ਹੋਈ ਅਤੇ ਅਚੰਬਾ ਲੱਗਾ ਕਿ ਤੁਸੀਂ ਕਿਵੇਂ ਲੋਕਾਂ ਨੂੰ ਅੱਤਵਾਦੀ ਗਤੀਵਿਧੀਆਂ ਲਈ ਪ੍ਰੇਰ ਰਹੇ ਹੋ ਤੇ ਧਰਮ ਦੇ ਨਾਮ ਤੇ ਕਿਵੇਂ ਵੰਡ ਰਹੇ ਹੋ ਲੋਕਾਂ ਨੂੰ। ਇਹ ਬੜੀ ਸ਼ਰਮਨਾਕ ਗੱਲ ਹੈ, ਇਹ ਸੋਚ ਦੁਨੀਆਂ ਅਤੇ ਭਾਰਤ ਲਈ ਬੜੀ ਖਤਰਨਾਕ ਹੈ। ਇਹ ਅਸਹਿਣਸ਼ੀਲਤਾ ਦੀ ਉਦਾਹਰਨ ਹੈ, ਕਿਰਪਾ ਕਰਕੇ ਭਾਈਵਾਲਤਾ ਦਾ ਸੁਨੇਹਾ ਦਿਓ ਅਤੇ ਸਾਰੇ ਧਰਮਾਂ ਦੀ ਕਦਰ ਕਰੋ। ਮੈਨੂੰ ਲੱਗਦਾ ਹੈ ਕਿ ਤੁਹਾਡੀ ਜਥੇਬੰਦੀ ਪਾਕਿਸਤਾਨ ਦੀ ਏਜੰਟ ਹੈ। ਜੀ ਡਾਕਟਰ ਸਾਹਿਬ, ਇਹ ਈਮੇਲ ਅਸੀਂ ਬ੍ਰੇਕ ਤੋਂ ਬਾਅਦ ਡਿਸਕਸ ਕਰ ਲਈਏ, ਪੜ੍ਹਨੀ ਬਾਤ ਸੀ ਫਿਰ। ਚਲੋ ਕੋਈ ਨਹੀਂ, ਹੁਣ ਲੈ ਲਓ ਬ੍ਰੇਕ। ਮੈਨੂੰ ਲੱਗਦਾ ਸੀ ਵੀ ਤੁਸੀਂ ਬ੍ਰੇਕ ਟਾਈਮ ਜੰਪ ਕਰ ਰਹੇ ਹੋ, ਕੋਈ ਨਹੀਂ ਬਾਅਦ ਡਿਸਕਸ।